अस्सलाम वालेकुम जी, वेखो पंजाब चैनल ते जीआं नूं जिउंदे वास्ते रहो। मैं कैंस ददरा एक नवी वीडियो लैके ते तुहाडी खिदमत विच आया। अज असीं गल करनी है जी पाकिस्तान दे कैसे गभरू जवान बंदे दी, एक अदाकार दी, कि जिहड़ा जदों स्क्रीन ते आके बोलदा सी ना, इन्ना फिर ओहदी आवाज विच दबदबा ते रोब हुंदा सी। ओहदी शख्सियत, ओहदा कद काठ वेख के अगले बंदे ते रोब तारी हो जांदा सी, ओहदा अगला बंदा सकते विच आ जांदा सी। ते जो ओहदे डायलाग जिहड़े सिनेमे च गूंजदे सन ते आवाम नारे ते सीटियां मारदे हुंदे सन, लेकिन ओह किहड़ा अदाकार सी कि जिन्ने एक्सट्रा तो स्टार लिया ते फिर अगे जा के बेशुमार फिल्मां च उस बंदे ने विलन दे रोल कीते। ते विलन जदों मुछा लांदा सी ते फिर जचदा भी आ सी बंदा। उस बंदे दा नां, उस अजीम फनकार दा नां है जी इकबाल दुरानी। ਅੱਧੀ ਰਕਮ ਸਾਡੇ ਤੇਰੇ ਤੇ ਪਹੁੰਚਾ ਦੇਈ ਤੇ ਮਾਲ ਤੇਰੇ ਗੋਦਾਮ ਵਿੱਚ ਆ ਪਹੁੰਚ। ਇਸ ਅਦਾਕਾਰ ਨੇ 70 ਦੀ ਦਹਾਈ ਤੋਂ ਸਟਾਰ ਲਿਆ ਸੀ ਤੇ 1993 ਵਿੱਚ ਇਸ ਬੰਦੇ ਦੀ ਆਖਰੀ ਫਿਲਮ ਆਈ ਸੀ। 114 ਟੋਟਲ ਫਿਲਮਾਂ 'ਚ ਇਸ ਬੰਦੇ ਕੰਮ ਕੀਤਾ ਤੇ 102 ਫਿਲਮਾਂ ਜਿਹੜੀਆਂ ਨੇ ਉਹ ਸਿਰਫ ਪੰਜਾਬੀ ਦੀਆਂ ਸਨ। ਅੱਗੋਂ ਹਿਸਾਬ ਲਾ ਲਓ ਤੇ ਬਾਕੀ ਉਰਦੂ ਤੇ ਇੱਕ ਪਸ਼ਤੋ ਫਿਲਮ ਸੀ। ਕਿਉਂਕਿ ਪੰਜਾਬੀ ਫਿਲਮਾਂ ਜਿਹੜੀਆਂ ਨੇ ਨਾ ਗੁੰਡਿਆਂ ਬਦਮਾਸ਼ਾਂ ਵਾਲੀਆਂ, ਉਹਦੇ ਵਿੱਚ ਵਿਲਨ ਦੇ ਤੌਰ ਤੇ ਤੁਹਾਨੂੰ ਪਤਾ ਫਿਰ ਪੰਜਾਬੀ ਬੰਦੇ ਨੇ ਭਾਰੇ ਤੇ ਜਵਾਨ ਗੱਭਰੂ ਹੁੰਦੇ ਨੇ, ਹੈਂਜੀ, ਤੇ ਵਿਲਨ ਵੀ ਫਿਰ ਇਸ ਤਰ੍ਹਾਂ ਦਾ ਹੀ ਚਾਹੀਦਾ ਸੀ। ਸੁਲਤਾਨ ਰਾਜ ਸਾਹਿਬ ਨੇ ਵਿਲਨ ਤੇ ਜੋੜਦਾ ਹੀ ਹੋਇਆ ਤਾਂ ਸਵਾਦ ਆਉਂਦਾ ਨਾ, ਹੈਂਜੀ, ਉਹ ਕੱਦ ਕਾਠ, ਉਹ ਵਿੱਢ ਸਾਰਾ ਜਿਹੜਾ ਨਾ ਇਕਬਾਲ ਦੁਰਾਨੀ ਸਾਹਿਬ ਦਾ ਸੀ। ਲਓ ਜੀ ਅੱਜ ਸ਼ੁਰੂ ਕਰਨੇ ਆ। ਉਸ ਤੋਂ ਪਹਿਲੇ ਗੁਜ਼ਾਰਿਸ਼ ਕਰਾਂਗੇ, ਅਗਰ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤੇ ਸਬਸਕ੍ਰਾਈਬ ਕਰਕੇ ਮੁਹੱਬਤਾਂ ਦਵੋ ਤੇ ਕਮੈਂਟ ਬਾਕਸ ਵਿੱਚ ਦੱਸੋ ਕਿ ਤੁਸੀਂ ਕਿਹੜੇ ਆਪਣੇ ਪਸੰਦੀਦਾ ਫਨਕਾਰ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਜਾਣਨਾ ਚਾਹੁੰਦੇ ਹੋ ਸਾਡੇ ਕੋਲ, ਨਾਂ ਜ਼ਰੂਰ ਲਿਖੋ ਜੀ, ਸ਼ੁਕਰੀਆ। 1971 ਵਿੱਚ ਇੱਕ ਫਿਲਮ ਆਈ ਸੀ ਅਲ ਆਸਿਫਾ, ਉਹਦੇ ਵਿੱਚ ਇਕਬਾਲ ਦੁਰਾਨੀ ਹੋਰਾਂ ਨੇ ਕੰਮ ਕੀਤਾ ਸੀ, ਜਿਹੜਾ ਕਿ ਬਹੁਤ ਜ਼ਿਆਦਾ ਇਹਨਾਂ ਦਾ ਕੰਮ ਪਸੰਦ ਕੀਤਾ ਗਿਆ, ਕਿ ਅੱਗੋਂ ਫਿਲਮਾਂ ਵਿੱਚ ਇਹਨਾਂ ਨੂੰ ਬੋਲਣ ਵਾਲੇ ਸੀਨ ਜਿਹੜੇ ਹਨ ਮੁਕਾਲਮੇ ਡਾਇਲੋਗ ਮਿਲਣੇ ਸ਼ੁਰੂ ਹੋ ਗਏ। ਅਸਲ ਕੰਮ ਦਾ ਜਿਹੜਾ ਨਾ ਮਜ਼ਾ ਤਾਂ ਹੀ ਆਉਂਦਾ ਹੈ ਤੇ ਕੰਮ ਦਾ ਪਤਾ ਵੀ ਅਗਲੇ ਬੰਦੇ ਨੂੰ ਤਾਂ ਹੀ ਲੱਗਦਾ ਹੈ, ਵੇਖਣ ਵਾਲਿਆਂ ਨੂੰ ਪਤਾ ਤਾਂ ਹੀ ਲੱਗਦਾ ਕਿ ਇਹ ਵੀ ਅਦਾਕਾਰ, ਕਿ ਜਦੋਂ ਉਹਨਾਂ ਨੂੰ ਬੋਲਣ ਵਾਲੇ ਜਿਹੜੇ ਨੇ ਉਹ ਕਟੌਕੀ ਸੀਨ ਦਿੱਤੇ ਜਾਂਦੇ ਨੇ ਜਿਹਦੇ 'ਚ ਉਹਨਾਂ ਦੇ ਡਾਇਲਾਗ ਹੁੰਦੇ ਨੇ ਮੁਕਾਲਮੇ ਹੁੰਦੇ ਨੇ, ਹੈਂਜੀ, ਫਿਰ ਹੀ ਤਾਂ ਫਨਕਾਰ ਦਾ ਪਤਾ ਲੱਗਦਾ ਕਿ ਇਹਦੀ ਜਿਹੜੀ ਟੈਂਪੋ ਕਿਸ ਤਰ੍ਹਾਂ ਦੀ ਤੇ ਬੋਲਣ ਦਾ ਅੰਦਾਜ਼ ਕਿਸ ਤਰ੍ਹਾਂ ਦਾ, ਹੈਂਜੀ, ਇਹਦੀ ਡਿਲੀਵਰੀ ਕਿਵੇਂ ਦੀ ਹੈ, ਕਿਵੇਂ ਦਾ ਡਾਇਲਾਗ ਬੋਲੇਗਾ ਜਿਹੜਾ ਇਹਨੂੰ ਸੂਟ ਵੀ ਕਰੇਗਾ ਪਰਸਨੈਲਿਟੀ ਦੇ ਹਿਸਾਬ ਨਾਲ ਤੇ ਅਗਲੇ ਬੰਦੇ ਤੇ ਰੋਬ ਵੀ ਪਏਗਾ। ਫਿਰ 72 ਵਿੱਚ ਇਹਨਾਂ ਦੀ ਫਿਲਮ ਆਈ ਸੀ ਦੌਲਤ ਔਰ ਦੁਨੀਆ, ਉਹ ਵੀ ਸ਼ਾਨਦਾਰ ਮੂਵੀ, ਉਹਦੇ 'ਚ ਵੀ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ। 72 ਵਿੱਚ ਹੀ ਆਈ ਮੋਰਚਾ ਫਿਲਮ, ਉਹ ਵੀ ਸ਼ਾਨਦਾਰ ਰਹੀ। ਫਿਰ 1973 ਵਿੱਚ ਜਿਹੜੀ ਫਿਲਮ ਆਈ ਜਿੱਥੋਂ ਬਹੁਤ ਜ਼ਿਆਦਾ ਇਹ ਮਸ਼ਹੂਰ ਹੋ ਗਏ ਉਹ ਸੀ ਕੁਬੜਾ ਆਸ਼ਿਕ, ਹੈਂਜੀ, ਤੇ ਉਹ ਬੜੀ ਸ਼ਾਨਦਾਰ ਮੂਵੀ ਗਈ। ਇਸੇ ਸਾਲ ਹੀ ਫਿਰ ਜਿਹੜਾ ਨਾ ਰੰਗੀਲਾ ਆਸ਼ਿਕ ਆਈ, ਉਹਦੇ 'ਚ ਵੀ ਇਹਨਾਂ ਕੰਮ ਕੀਤਾ, ਉਹ ਵੀ ਸੁਪਰਹਿੱਟ ਮੂਵੀ ਰਹੀ। ਲੈਜੈਂਡਰੀ ਅਦਾਕਾਰ ਪਾਕਿਸਤਾਨ ਦੇ, ਬਹੁਤ ਵੱਡੇ ਫਨਕਾਰ, ਬਹੁਤ ਵੱਡੇ ਮੈਂ ਫਨਕਾਰ ਉਹਨੂੰ ਕਹਿੰਦਾ ਕਿ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ, ਫਨ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਮੁਨੱਵਰ ਜ਼ਰੀਫ ਸਾਹਿਬ, ਅੱਲਾ ਪਾਕ ਜਿਹੜੇ ਨੇ ਉਹਨਾਂ ਦੇ ਕਰੋੜਾਂ ਰਹਿਮਤਾਂ ਦੀਆਂ ਬਰਖਾ ਨਾਜ਼ਲ ਫਰਮਾਏ। ਉਹਨਾਂ ਨਾਲ ਇਹਨਾਂ ਦੀ ਫਿਲਮ ਆਈ ਨੌਕਰ ਵੋਟੀ ਦਾ, ਜਿਹਦੇ ਵਿੱਚ ਇਹਨਾਂ ਨੇ ਵੀ ਕੰਮ ਕੀਤਾ, ਤੇ ਉਹ ਫਿਲਮ ਤੁਹਾਨੂੰ ਪਤਾ ਆਪਣੇ ਉਸ ਜ਼ਮਾਨੇ ਦੀ ਸੁਪਰ ਡੁਪਰ ਹਿੱਟ ਮੂਵੀ ਸੀ ਕਿ ਅੱਜ ਵੀ ਲੋਕੀ ਵੇਖਦੇ ਨੇ। ਸਾਡੇ ਵਾਲਾ ਸਾਹਿਬ ਅਜੇ ਵੀ ਜਿਹੜਾ ਨਾ ਉਹ ਬੈਠਕ ਵਿੱਚ ਲਾ ਕੇ LCD ਰੱਖੀ ਹੈ, ਤੇ ਉਹ ਜ਼ਿਆਦਾਤਰ ਉਹੀ ਫਿਲਮ ਵੇਖਦੇ ਰਹਿੰਦੇ ਨੇ। ਉਹਦੇ ਵਿੱਚ ਉਹਨਾਂ ਨੂੰ ਮੁਨੱਵਰ ਜ਼ਰੀਫ ਸਾਹਿਬ ਦਾ ਕੰਮ ਬੜਾ ਪਸੰਦ ਹੈ, ਬੜਾ ਹੱਸਦੇ ਰਹਿੰਦੇ। 71 ਤੋਂ 93 ਤੱਕ ਜਿਹੜੀਆਂ ਫਿਲਮਾਂ ਕੁਝ ਇਹਨਾਂ ਦੀਆਂ ਆਈਆਂ, 114 ਤਾਂ ਨਹੀਂ ਮੈਂ ਦੱਸ ਸਕਦਾ, ਲੇਕਿਨ ਕੁਝ ਖਾਸ ਖਾਸ ਫਿਲਮਾਂ ਦੇ ਨਾਮ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਤੁਸੀਂ ਵੇਖੋਗੇ ਨਾ ਇਹਨਾਂ ਦੀਆਂ ਫਿਲਮਾਂ, ਇਹਨਾਂ ਦੇ ਕਿਰਦਾਰ ਵੇਖੋਗੇ ਤੇ ਤੁਸੀਂ ਮੰਨੋਗੇ ਕਿ ਵਾਕਈ ਯਾਰ ਇਸ ਬੰਦੇ ਨੇ ਬੜਾ ਕੰਮ ਕੀਤਾ। ਤੇਰੇ ਜੇ ਪੁੱਤ ਜੰਮਣ ਮਾਵਾਂ, ਗ੍ਰੇਟ ਮੂਵੀ ਹੈ ਯਾਰ। ਫਿਰ ਅੱਜ ਦੀ ਤਾਜ਼ਾ ਖਬਰ, ਰੇਸ਼ਮਾ ਤੇ ਸ਼ੇਰਾ, ਜਬਰੂ, ਫਿਰ ਲਾਠੀ ਚਾਰਜ, ਰਾਜੂ ਰਾਕਟ, ਗ੍ਰੇਟ ਮੂਵੀ ਹੈ ਵੀ। ਫਿਰ ਪੁੱਤਰ ਫੰਨੇ ਖਾਨ ਦਾ ਫੁੱਲ ਮਜ਼ਾਇਆ ਫਿਲਮ ਹੈ। ਫਿਰ ਔਰਤ ਰਾਜ, ਮੈਂ ਸ਼ਰੀਫ ਹਾਂ, ਫਿਰ ਜੱਟ ਸੂਰਮਾ, ਜਿਹੜੀ ਕਿ ਮੈਂ ਕਹਿੰਦਾ ਵਾਂ ਕਿ ਉਹ ਤਬਾਹੀ ਦੀ ਫਿਲਮ ਸੀ। ਫਿਰ ਮਿਲੇਗਾ ਜ਼ੁਲਮ ਦਾ ਬਦਲਾ, ਇਹ ਤੁਸੀਂ ਫਿਲਮ ਜਿਹੜੀ ਜ਼ਰੂਰ ਵੇਖਣਾ, ਤੁਹਾਨੂੰ ਮਜ਼ਾ ਆਏਗਾ, ਅਗਰ ਮਜ਼ਾ ਨਾ ਆਏ ਤਾਂ ਫਿਰ ਗੱਲ ਕਰਨਾ। ਫਿਰ ਜੱਟ ਦਾ ਵੈਰ, ਛਾਂਗਾ ਤੇ ਮਾਂਗਾ, ਫਿਰ ਸੁਲਤਾਨ ਰਾਈ ਸਾਹਿਬ ਤੇ ਨਾਲ ਮੁਸਤਫਾ ਕੁਰੈਸ਼ੀ ਸਾਹਿਬ, ਜਿਹਦੇ ਵਿੱਚ ਇਕਬਾਲ ਦੁਰਾਨੀ ਸਾਹਿਬ ਵੀ ਆਏ, ਬੜਾ ਸ਼ਾਨਦਾਰ ਕੰਮ ਕੀਤਾ, 2 ਵਿਘਾ ਜ਼ਮੀਨ। ਜਿਸ ਬੰਦੇ ਨੇ ਇਹ ਫਿਲਮ ਨਹੀਂ ਵੇਖੀ ਮੇਰੇ ਕਹਿਣ ਤੇ ਜ਼ਰੂਰ ਵੇਖੋ, ਤੁਹਾਨੂੰ ਅਗਰ ਫਿਲਮ ਦਾ ਮਜ਼ਾ ਨਾ ਆਏ ਤੇ ਮੇਰਾ ਚੈਨਲ ਬੇਸ਼ੱਕ ਛੱਡ ਜਾਣਾ। ਜੇ ਸਵਾਦ ਆਏ ਤੇ ਫਿਰ ਐਸੇ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਜਾਣਾ ਕਿ ਤੁਹਾਡੀ ਜੋ ਤੁਸੀਂ ਦੱਸਿਆ ਸੀ ਉਹ ਸ਼ਾਨਦਾਰ ਫਿਲਮ। ਫਿਰ ਬਾਲਾ ਗਾਡੀ ਇਹਨਾਂ ਦੀ ਫਿਲਮ ਆਈ, ਉਹ ਵੀ ਜ਼ਬਰਦਸਤ ਗਈ। ਫਿਰ ਸ਼ੋਲੇ, ਸ਼ਿਕਰਾ, ਬਸ਼ੀਰਾ ਇਨ ਟ੍ਰਬਲ,
फिर जरनैल सिंह 1972 विच आई शेर जंग, ये भी सुपर डुपर हिट मूवी है भी। फिर 1993 विच इन्हां दी आखिरी फिल्म लास्ट मूवी आई सी नूरी बहादुर। इस फनकार ने इन्ना काम किया यार, अपने रोल विच जान पा दिंदा सी, जचदा सी ओह रोल विच, ते पता लगदा यार पंजाबी गभरू जवान मुंडा है। लेकिन जिन्ना इस बंदे ने काम किया ना, उन्नी इस बंदे नूं दाद नहीं मिली, ना तो किसी मीडिया वालों, ते ना ही किसी सरकार वालों। सरकारां साडियां तां वैसे ही भुल गईयां ने अपने फनकारां नूं। हालां बाहरले देशां विच तुसीं जाओ ते इन्हां लोकां नूं बहुत ज्यादा इज्जत दित्ती जांदी, अवार्ड दित्ते जांदे ने, इन्हां नूं समझो कि सारी जिंदगी इन्हां दी औलादां तक नूं जिहड़ी इज्जत दित्ती जांदी है, इनामो करामात दित्ते जांदे ने। मगर नहीं, इधर कोई पुछण वाला नहीं, जींदे जागदे तुसीं काम कर रहे हो ते लोकी हस रहे ने, दुनिया तुहाडे नाल। इत्थों तक इह लम्हा फिकरी है कि जिहड़े अदाकार नाल काम करदे ने उह वी इन्हां नूं भुल जांदे ने मुड़ के। इन्नी कसी फन की जी कदर करने हैं तो फनकारों को इज्जत देने, अपने नहीं देंगे, लेकिन जो सरहद पार फनकार ने उन्होंने असं बड़ा ना लेने। बेशक लवो, फन की फनकार की कोई सरहद नहीं होंगी, लेकिन तुम अपने घर वाले इज्जत ना देवो तो बहरले दवो तो फिर तुम कि इज्जतदार हो, कि चंगे लोग कि इज्जत देने। इस चीज़ में सोचा करो, ये फनकार ने, ये असल फनकार इन्हों कहते हैं जेडे अपने दम से बनते हैं, जे मेहनत करके अगे आते हैं। कुछ लोग ऐसे होंगे ने जेडे जेडे उन्होंने पिछले फनकार होंगे ने, तो वह बैठे बिठाए जनाब फनकार बन जाते हैं, उन्होंने फिर कदर भी कोई नहीं अपने इस काम की होंगी। हाँ जी, लेकिन हुकूमत को, सरकार को, मीडिया को चाहिए यार कि इन्होंने लोगों को इज्जत देनी, इन्हों के फन की कदर करनी, तो इन्हों अवार्ड देने, प्राइड ऑफ परफॉर्मेंस देने, इन्हों के फन की बहुत लाजवाल खिदमत कर गए। लेकिन अफसोस है कि इन्हों लोगों अजीम फनकारों को भुला दिता गया है। लेकिन जिन्हों फनकारों को भुला दिता गया है, मीडिया जिन्हों का नाम ही नहीं कोई भी, जिन्होंने सर्च करो तो कोई वीडियो नहीं तुम्हें मिलेगी, असी अलहमदुल्ला उन्होंने याद कर रहे हैं। साड़ी कोशिश ये वे कि जेडे एक्स्ट्रा तो चल के जेडे असल फनकार वो ने जेडे जेडे के जड़ा तो जेडे मुढ़ा मुढ़ तो जेडा स्टार लेंदे ने ते आसमान की बुलंदियां तक जाते हैं, असी उन्होंने याद कर रहे हैं। जदों मैं इंज दियां वीडियोज इन्हें लोगों के करना वा ना, तो कुछ लोग आके कमेंट सैक्शन में कहते हैं, तनकीद करते हैं, बुरा भला भी कहते हैं कि लो जी तुहाडे कोल कोई इनफॉर्मेशन है कोई नहीं, तो तुसीं इन्हां ते वीडियो बना देंगे। भाई मेरी गल एक सुनो कि ये वो लोग ने कि जिन्हां तुसीं सर्च करोगे ना तो तुहानू कोई वीडियो ही नहीं मिलेगी, इन्हां ते कोई जरा जिन्ना भी पता नहीं तुहानू लभेगा। गूगल करोगे उत्थे तुहानू कख नहीं लभेगा, यूट्यूब ते तुहानू कुछ नहीं लभेगा, फेसबुक ते तुहानू कुछ नहीं लभेगा। असी कोशिश ये करने हैं कि बेअंतहा कोशिश करन दे बावजूद जिहड़ियां चीज़ां भी सानू लभदियां ने, कोई जानकारी जिथों जिथों भी सानू मिलती है ना, असी अपने सारे सोर्स जिहड़े ने वह समझो कि लड़ा के सारा कुछ तुहाडे सामने, जिन्ना भी साडे जिन्ना कुछ भी सानू पता चलता ना वह तुहाडे सामने असी लै आईदे, इन्हां नूं सिर्फ खराजे तहसीन पेश करन वास्ते। असी बहुत वड्डे, कोई यूट्यूबर नहीं, कोई साडे कोल जानकारी नहीं, असी तो सादा लफ्जां च आम लोग, तुहानूं मेरा ख्याल है कोई वीडियो ऐसी होनी जिदे विच असी ना दसीए, भाई साडे कोई एडी जानकारी नहीं। सिर्फ इन्हां लोगों नूं जिन्हां लोगों ने भुला दिता है, उन्हां नूं खराजे तहसीन पेश करन वास्ते असी उन्हां दे फन दी उन्हां नूं दाद देण वास्ते एक हकीर जी कोशिश कर रहे हैं। एवें बिला वजह तनकीद ना करिया करो, बल्कि हौसला अफजाई करिया करो। ये हो सकता कि साड़ी वीडियोज़ के राही जिहड़े शोबेज़ ते करन वाले वड्डे लोग ने वीडियोज़ करदे ने, जिन्हां कोल बहुत सारी इनफॉर्मेशन मालूमात हुंदी है, उन्हां नूं भी ख्याल आ जाए कि असीं इन्हां लोगों नूं भी याद करना, इन्हां लोगों ते भी वह वीडियोज़ करन लग पैण, ते सानू साडा मकसद जिहड़ा ना वह पूरा हुंदा नज़र आएगा। फिर इहो ही साडा मकसद है कि इन्हां लोगों नूं याद किया जाए। ठीक है, रब्बुल आलमीन तुहाडे सब ते भी अपना करम करे, ते ये अजीम फनकारां ते भी अल्लाह पाक करम करे, जिहड़े टुर गए ने दुनिया तो अल्लाह पाक उन्हां दी गलतियां कुताइयां माफ करके बख्श देवे उन्हां नूं, ते जिहड़े काम कर रहे ने अल्लाह हदायत देवे कि चंगा ते सोहना काम करन, सुथरा काम करन, ताकि आने वाले लोग भी जिहड़े ने उन्हां नूं चंगे लफ्ज़ां नाल याद करते रहन। बहुत शुक्रिया, अल्लाह पाक तुहानूं सब नूं सलामत रखे जी, जीवन दे वास्ते रहो, रब रखो।